ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਯੂਟਿਊਬ ਚੈਨਲ ਢਿੱਲੋਂ ਡੇਅਰੀ ਫਾਰਮ ਬਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਯੂਟਿਊਬ ਚੈਨਲ 'ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ, ਉਹਨਾਂ ਰਿਕੁਐਸਟ ਹੈ ਕਿ ਆਪਣੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 1917। ਸੋ ਅੱਜ ਦੀ ਵੀਡੀਓ ਵਿੱਚ ਇੱਕ ਝੋਟੀ ਮੋਹਰਾ ਨਸਲ ਦੀ ਸੂਨਲ ਅਤੇ ਇੱਕ ਪਾਲਕ ਕੱਟੀ ਅਤੇ ਇੱਕ ਵੈੜ ਤਿੰਨ ਨਾਲ ਸੇਲ ਆ ਡਿਟੇਲ ਇਹਨਾਂ ਬਾਰੇ ਪੁੱਛਦੇ ਹਾਂ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਨਾਮ ਐਡਰੈਸ ਦੱਸੋ ਜੀ ਆਪਣਾ। ਨਾਮ ਹਰਬਲ ਸਿੰਘ ਹੈ ਜੀ, ਪਿੰਡ ਜਿਉਂਦ, ਜ਼ਿਲ੍ਹਾ ਬਠਿੰਡਾ, ਤਹਿਸੀਲ ਰਾਮਪੁਰਾ ਕੋਲ। ਠੀਕ ਹੈ, ਰਾਮਪੁਰਾ ਸ਼ਹਿਰ ਤੋਂ 8-7 ਕਿਲੋਮੀਟਰ ਦੂਰੀ 'ਤੇ ਪਿੰਡ ਹੈ। ਹਾਂ ਜੀ, 8 ਕਿਲੋਮੀਟਰ। ਮੋਬਾਈਲ ਨੰਬਰ ਜੀ ਆਪਣਾ? 76965 0 29 25 0 29 25। ਪਹਿਲੇ ਨੰਬਰ 'ਤੇ ਆਪਾਂ ਜਿਹੜੀ ਬੈਠ ਦੇਖੀ ਜਾਂਦੇ ਸੂਈ ਵੀ, ਕਿੰਨੇ ਕੁ ਟਾਈਮ ਦੀ ਸੂਈ ਵੀ ਹੈ? ਬੱਚਾ ਵਗੈਰਾ ਕੁਛ ਨੀ ਹੈਗਾ? ਠੀਕ ਹੈ। ਰੇਟ ਇਹਦਾ ਕੀ ਰਹੂਗਾ? ਰੇਟ ਇਹਦਾ ਆਪਾਂ ਜਾਇਜ਼ ਹੀ ਕਰਾਂਗੇ, ਵੇਚਣ ਵਾਲਾ ਕੰਮ ਹੀ ਕਰਾਂਗੇ। ਠੀਕ ਹੈ, 65,000 ਰੁਪਇਆ ਮੁੱਲ, ਭਾਵੇਂ 80 ਕਰਾ ਲਓ 85 ਕਰਾ ਲਓ, 65,000 ਚੋਂ ਛੋੜ ਛੱਪਾ ਹੋ ਜਾਊਗਾ, ਤੋਰ ਦਿਓ ਬਾਹਰ ਨੂੰ। ਸੋ 65,000 ਦੇ ਵਿੱਚੋਂ ਮਾਣ ਤਾਣ ਹੋ ਜਾਊਗਾ। ਸੋ ਬਰੋ, ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਦੇਖ ਸਕਦੇ ਹੋ, ਕੱਦ ਬੈੱਡ ਬਹੁਤ ਜ਼ਿਆਦਾ, ਰੇਲ ਦੇ ਡੱਬੇ ਜਿੱਡੀ ਭੈੜਾ। ਕੋਈ ਵੀਰ ਆ ਕੇ ਇਹ ਤਾਂ ਗੱਲ ਕਹਿ ਨਹੀਂ ਸਕਦਾ ਕਿ ਛੋਟੀ ਆ, ਸਾਈਜ਼ ਵਗੈਰਾ ਪੂਰਾ ਫੁੱਲ ਓਕੇ ਆ। ਵੀਡੀਓ ਬਣਾਉਂਦਾ ਟਾਈਮ ਆਪਣਾ ਸ਼ਾਮ ਦੇ ਆਸ ਪਾਸ ਦਾ ਟਾਈਮ ਹੈਗਾ, ਅਤੇ ਬਾਕੀ ਨਾਲਾ ਨੂੜਾ ਦੇਖੋ ਜੀ, ਹਵਾਨੇ 'ਤੇ ਗੁੰਦੀਆਂ ਪਈਆਂ ਜਿਵੇਂ ਚਾਰੇ ਪਾਸਿਓਂ, ਅਤੇ ਦੁੱਧ 18 ਲੀਟਰ ਤੁਹਾਨੂੰ ਮਿਲਣਾ, 9 ਲੀਟਰ ਟਾਈਮ ਦਾ, ਦੋ ਟਾਈਮ ਦਾ 18, ਮਿਣ ਕੇ ਲੈ ਕੇ ਜਾਓ ਲੀਟਰਾਂ ਦੇ ਵਿੱਚ ਦੁੱਧ। 65,000 ਦੀ ਦੇਣੀ। ਠੀਕ ਹੈ, ਠੀਕ ਹੈ, ਕਹਿੰਦੇ ਭਾਵ ਓਕੇ ਆ ਜਾਵਾਂ, ਹੈ ਨਾ, ਧਾਰਾਂ ਧੂਰਾ ਜਮਾਂ ਇੱਕ ਨੰਬਰ, ਹੈ ਨਾ, ਪੁੱਠੇ ਪਾਸੇ ਬਹਿ ਜਾਓ, ਸਿੱਧੇ ਪਾਸੇ ਬਹਿ ਜਾਓ, ਚਾਹੇ ਠੀਕ ਹੈ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ, 2 ਨੰਬਰ 'ਤੇ ਝੋਟੀ ਖੜੀ ਹੈ, ਵਜਨ ਵੁਜਨ ਪਲੀ ਪੁਲੀ ਬਹੁਤ ਜ਼ਿਆਦਾ, ਹੈ ਨਾ, ਠੀਕ ਆ। ਹੁਣ ਸੁਣਦੀ ਹੈ ਇਹ, 8 ਦਿਨ ਬਾਕੀ ਸੂਆ, ਦੂਜਾ ਸੂਆ ਜਮਾਂ ਰਹੀ ਨਾਲ ਸੁਣਦੀ ਹੈ, ਹੈ ਨਾ, ਅਤੇ ਸਿੰਘ ਵੈਜੀ ਦਾ ਰੁਪਈਆ ਲੰਘਦੇ ਨਹੀਂ ਫਿਰ ਇਹਦੇ ਜਮਾਂ, ਹੈ ਨਾ, ਠੀਕ ਹੈ। ਕੁੰਡੀ ਝੋਟੀ ਆ, ਸਿੰਘ ਸਾਜ ਦੀ ਓਕੇ ਆ, ਅਤੇ ਦੁੱਧ ਭਰੂਣ ਦਾ ਕੀ ਰਿਹਾ ਇਹਦਾ? 15 ਕਿਲੋ ਜੋ ਹੈ ਜੀ ਭਰੂਣ ਦਾ, ਠੀਕ ਹੈ, 13 ਕਿਲੋ ਤੋਂ ਸਟਾਰਟ ਹੋਈ ਸੀ ਬੋਲੇ ਤੋਂ, ਠੀਕ ਹੈ, 15 ਕਿਲੋ ਖੁੱਲਾ ਦਿੱਤਾ ਜਮਾਂ, ਅੱਜ ਦਿਨ ਰਹਿ ਗਏ 7-8, ਫਿਰ ਟਿਕਟ ਵਾਲਾ ਵੀ ਚੰਗਾ ਹੀ ਹੋ ਲੱਗਿਆ ਵੇ, ਪੂਰਾ ਵਧੀਆ ਜੀ, ਐਮਐਚ ਪਤਾ ਨਹੀਂ ਕਿਹੜਾ ਕਹਿੰਦੇ ਆ, ਮੈਨੂੰ ਆਉਂਦਾ ਨਹੀਂ, ਠੀਕ ਹੈ, ਠੀਕ ਹੈ। ਅਤੇ ਐਤਕੀ ਫਿਰ ਅੰਦਾਜ਼ਾ ਦੁੱਧ ਕਿੱਥੇ ਕੁ ਜਾਵੜੂ ਇਹ? ਐਤਕੀ ਜੀ ਉਹਦਾ ਅਗਲੇ ਦੀ ਸੇਵਾ ਹੈ, ਠੀਕ ਹੈ, 18-19 ਕਿਲੋ ਮੰਨਦੇ ਆ ਵੀ ਐਤਕੀ ਝੋਟੀ ਨੇ ਖੁੱਲਾ ਦੇਣਾ, ਕਹਿਣ ਦਾ ਭਾਵ 1 ਕਿਲੋਆਂ 'ਚ ਲਾ ਕੇ ਚੱਲੀਏ, 16-17 ਕਿਲੋ ਤੋਂ ਪਾਰ ਵਾਲੀ ਝੋਟੀ, ਖੁੱਲਾ ਮੰਨ ਕੇ ਲੈ ਲੇ, ਠੀਕ ਹੈ, ਲੇਵਾ ਫਿੱਟ ਫਾਟ ਫਿਟਿੰਗ ਵਾਲਾ ਜਮਾਂ, ਹੈ ਨਾ, ਫਿੱਟ ਕਰਨ ਵਾਲਾ ਦੇਵਾ, ਥਣ ਮੁੱਠੀ ਵਾਲਾ, ਠੀਕ ਹੈ, ਚੀਪਾ ਚੂਪਾ ਓਕੇ ਆ ਜਮਾਂ, ਜਮਾਂ ਜੀ ਐਂ ਧਾਲ ਗੰਨੇ ਵਰਗੀ ਮੋਟੀ। ਰੇਟ ਇਹਦਾ ਕੀ ਰਹੂਗਾ? ਰੇਟ ਆਪਾਂ ਜਾਇਜ਼ ਹੀ ਕਰਾਂਗੇ, ਵੇਚਣ ਵਾਲੇ ਕੋਈ ਭਜਾਉਣ ਵਾਲੇ ਗੱਲ ਨਹੀਂ ਕਰਦੇ, 1,60,000 ਮਾਣ ਤਾਣ ਕਰਦੇ ਆ, ਤੋਰ ਦਿਓ ਬਾਹਰ ਨੂੰ। ਸੋ ਵੀਰੋ, ਕੱਦ ਕਾਠ ਵਗੈਰਾ ਦੇਖੋ ਝੋਟੀ ਦਾ, ਪੂਰੀ ਚੰਗੀ ਹੁੰਦਰ ਹੇਲ ਜਮਾਂ, ਬਲੈਰੋ 'ਚ ਕੱਲੀ ਜਾਊਗੀ, ਕੋਈ ਵੀ ਇਹ ਨਾ ਕਹਦੇ ਛੋਟੀ ਆ, ਲਿੱਸੀ ਆ, ਪਸੰਦ ਨਹੀਂ ਆਈ, ਸਿੰਘ ਵੇਚ ਰੁਪਈਆ ਨਹੀਂ ਲੰਘਦਾ, ਪਲੀ ਵੀ ਪੂਰੀ ਫੁੱਲ, ਨਜਾਇਜ਼ ਪਲੀ ਵੀ ਜਮਾਂ, ਪੂਰਾ ਵਜਨ ਮੌਜੂਦ ਆ ਝੋਟੀ ਦੇ ਉੱਪਰ, ਰੂਪ ਵੀ ਪੂਰਾ ਫੁੱਲ ਆ। ਹੁਣ ਦੂਜਾ ਸੂਆ ਸੁਣਦੀ ਪਈ ਆ ਜਮਾਂ, ਕੁੰਡੀ ਸਿੰਘਾਂ ਦੀ ਜਮਾਂ। ਸੋ ਕਿਸੇ ਪਾਸਿਓ ਹੱਥ ਧਰਾਣੀ ਝੋਟੀ ਮੁੰਦ ਦਾ ਨਿਗੀ ਨਹੀਂ ਹੈ, 1,60,000 ਇਹਨੂੰ ਸੂਟ ਕਰਦਾ, ਘਰ ਵੀਰ ਕਹਿੰਦੇ 1,60-65 ਬਹੁਤ ਆ ਗਿਆ, ਪਰ ਉੱਪਰ ਮੰਜਾ ਡਹਿੰਦਾ ਝੋਟੀ ਦੇ ਉੱਪਰ ਜਮਾਂ। ਸੋ ਛੋਟੀ ਬਲੈਰੋ 'ਚ ਜਾਂ ਭੁੰਡੀ 'ਚ ਜਾਂਦੀ ਹੋਈ ਚੜ੍ਹੀ, ਚਾਹੇ ਕੋਈ ਮੰਨ ਕੇ ਚਲੋ 50 ਲੱਖ ਦੀ ਗੱਡੀ 'ਤੇ ਜਾਂਦਾ ਹੋਵੇ, ਝਾਕੂ ਝੋਟੀ ਵਾਲੀ ਵੀ ਜਾਂਦੇ ਆ, ਝੋਟੀ ਅਸਤਰ ਦਾ ਬੱਚਾ ਹੀ ਆ, ਸਕੀਨੀ ਬਹੁਤ ਜ਼ਿਆਦਾ ਝੋਟੀ ਦੇ ਉੱਪਰ ਜਮਾਂ, ਇੱਦਾਂ ਪਸ਼ੂ ਤੋਕੜਾ ਜਦੋਂ 1,00,000-1,25,00,000 ਰੇਟ 'ਚ ਤੋਕੜ ਵੇਖ ਕਹਿੰਦੇ, ਕਿਉਂਕਿ ਸਕੀਨੀ ਵੇਖਦੀ ਹੈ ਨਾਲ ਜਮਾਂ।
ਤੇ ਦੁੱਧ ਮੰਨ ਕੇ ਚੱਲੇ ਵੀ 16-17 ਮੰਨ ਕੇ ਲੈ ਲਏ, 17 ਖੁੱਲਾ ਮੰਨ ਕੇ ਲੈ ਲਏ, ਠੀਕ ਹੈ। ਤੇ ਹਵਾਨੇ ਤੇ ਨਾੜਾ ਨੂੜਾ ਬਹੁਤ ਚੰਗੀਆਂ, ਹਨਾ ਚੰਗੀਆਂ ਜੀ, ਥਣ ਥੁਣ ਬੜਾ ਚੰਗਾ ਲੱਗਿਆ, ਤੇ ਲੇਵਾ ਜਮਾ ਇਹ ਮੁੱਠੀ ਮੁੱਠੀ ਰੱਖ ਦੂ ਥਣ ਜਮਾ ਖੋਲਦੀਆਂ ਮਾਂ ਪਿਓ ਮੁੱਠੀ, ਅੱਗੇ ਇੱਕ ਪਾਲਕ ਕੱਟੀ ਦੇਖੀ ਜਾਂਦੇ ਆਪਾਂ। ਹਾਂਜੀ, ਕਿੰਨੀ ਕੁ ਉਮਰ ਆ ਇਹਦੀ? ਉਮਰ ਜੀ 11 ਮਹੀਨੇ ਆ। 11 ਕੁ ਮਹੀਨੇ, ਹਾਂ, ਵਧੀਆ ਚੰਗੀ ਮਹਿਦੀ ਆ, ਪੂਰੀ ਚੰਗੀ ਝੋਟੀ ਦੀ ਕੱਟੀ ਹੈ, ਠੀਕ ਹੈ। ਤੇ ਥਣ ਥੁਣ ਚਾਰ ਹੀ ਆ, ਹਨਾ ਦੇਖ ਲਓ, ਕੋਈ ਫੋੜ ਨਹੀਂ, ਛਾਂਗ ਨਹੀਂ, ਚਾਰੇ ਥਣ ਐਨ ਮੋਠੇ ਗੁੱਠਿਆਂ ਅਰਗੇ, ਤੇ ਝੋਲੀ ਪੋਲੀ ਆ ਪੂਰੀ ਜਮਾ, ਹਨਾ। ਹਾਂਜੀ ਹਾਂਜੀ ਹਾਂਜੀ, ਸੋ ਝੋਲੀ ਦੇਖੋ ਕੱਟੀ ਦੀ ਪੂਰੀ ਚੰਗੀ ਆ, ਸਿੰਘ ਸੁੰਘ ਵੀ ਚੰਗਾ ਵਧੀਆ ਸੋਹਣਾ ਮੁੜੂ, ਹਨਾ। ਇਹਦਾ ਰੇਟ ਵੇਚਣ ਵਾਲਾ ਕੀ ਰੱਖਿਆ? ਇਹਦਾ ਜੀ ਜਾਇਜ਼ ਹੀ ਕਰਾਂਗੇ ਆਪਾਂ, ਭਜਾਉਣ ਵਾਲੇ ਰੇਟ ਨਹੀਂ ਕਰਦੇ ਪਰੇ, ਠੀਕ ਹੈ। ਇਹਦਾ ਜੀ 16,500 ਰੁਪਈਆ, ਬਸ 16 ਦੀ ਦੇ ਦਾਂਗੇ, ਆਪਾਂ 16 ਹੀ ਦੇ ਦਾਂਗੇ, ਠੀਕ ਹੈ। ਤੋਰ ਦਿਓ ਮਾੜਾ ਜੀ ਇਹਨੂੰ ਵੀ, ਤੋਰੀ ਸੋ ਵੀਰ, ਤੋਰਾ ਵਗੈਰਾ ਦੇਖੋ ਕੱਟੀ ਦਾ ਪੂਰਾ ਚੰਗਾ ਸਾਫ਼ ਸੁਥਰਾ, 16,000 ਦੀ ਕੱਟੀ ਗੱਡੀ 'ਚ ਤੁਹਾਡੇ ਚੜ੍ਹ ਜੂਗੀ, ਅਤੇ ਪਲੀ ਪੁਲੀ ਬਹੁਤ ਜ਼ਿਆਦਾ ਦੇਖੋ, ਚਾਰੂ ਵਗੈਰਾ ਪੂਰੀ ਫੁੱਲਾ, ਲੱਸੀ ਲੁੱਸੀ ਕਿਸੇ ਪਾਸੇ ਨਹੀਂ, ਹੈ ਨਾ। ਸੋ ਵੀਰ, 3 ਨਾਗਾ ਪਤਖਾ ਦੇ ਪਿੰਡ ਜੌਂਦ ਜ਼ਿਲ੍ਹਾ ਬਠਿੰਡਾ, ਕੋਈ ਵੀ ਨਾ ਤੁਹਾਡੇ ਪਸੰਦ ਹੋਵੇ ਦੇਖ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋ। ਮੇਰਾ ਕੰਮ ਆ ਵੀਡੀਓ ਬਣਾਉਣਾ, ਨਿਰਖ ਪਰਖ ਤੁਸੀਂ ਆਪ ਕਰਨੀ ਹੈ। ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ।